ਤੁਹਾਡੇ ਆਇਲਸ ਵਿੱਚ ਬੈਂਡਸ ਨਹੀਂ ਆ ਰਹੇ ਜਾਂ ਤੁਹਾਡੇ ਆਇਲਸ ਵਿੱਚੋਂ ਇੱਕ ਜਾਂ ਦੋ ਮੋਡਿਊਲਸ ਵਿੱਚ ਸਾਡੇ 5 ਬੈਂਡ ਹਨ ਤੇ ਅੱਜ ਹੀ ਵਿਜ਼ਿਟ ਕਰੋ ਲਿਬਰਾ ਓਵਰਸੀਜ਼ ਜਾਂ ਵਿਜ਼ਿਟ ਕਰੋ ਸੈਕਿੰਡ ਫਲੋਰ ਅਰੋੜਾ ਮੈਡੀਕਲ ਹਾਲ ਪ੍ਰਭਾਤ ਚੌਂਕ ਹੁਸ਼ਿਆਰਪੁਰ। ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦਿਆਂ ਹੋਇਆਂ ਹੋਮ ਫੋਰਮ ਦਾ ਹੋਮਲੈਸ ਸੰਸਥਾ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਬਣਾ ਕੇ ਦਿੱਤੇ ਜਾ ਰਹੇ ਘਰਾਂ ਦੀ ਲੜੀ ਦੇ ਤਹਿਤ ਅੱਜ ਸੰਸਥਾ ਵੱਲੋਂ 31ਵੇਂ ਘਰ ਦਾ ਨੀਂਹ ਪੱਥਰ ਰੱਖਿਆ ਗਿਆ। ਹੁਸ਼ਿਆਰਪੁਰ ਸੋਸ਼ਲ ਮੀਡੀਆ ਕੇ ਲੀਏ ਕੈਮਰਾਮੈਨ ਅਭਿਸ਼ੇਕ ਕੇ ਸਾਥ ਗਗਨ। ਪਹਿਲੇ ਇੱਦਾਂ ਸੀ ਜੀ, ਸਾਡਾ ਵੀ ਦੇਖੋ ਪਾਣੀ ਉੱਤੇ ਪੈ ਜਾਂਦਾ ਸੀ ਛੱਤਾਂ 'ਚ, ਅਤੇ ਮਾੜੀ ਜਿਹੀ ਟੀਨ ਪਾਈ ਸੀ ਅਤੇ ਛੱਤਾਂ 'ਚ ਪਾਣੀ ਤਾਂ ਇੱਦਾਂ ਹੀ ਡਿੱਗਦਾ ਰਹਿੰਦਾ ਸੀ। ਬਾਰਿਸ਼ ਆਉਂਦੀ ਸੀ ਸਾਡੇ ਕੋਲ ਨਹੀਂ ਸਹਿ ਹੁੰਦਾ ਸੀ, ਅਤੇ ਕੱਪੜੇ ਕੱਪੜੇ ਵੀ ਭਿੱਜ ਜਾਂਦੇ ਸੀ, ਕਈ ਵਾਰ ਪਾਣੀ ਉੱਪਰ ਚੋ ਪੈਂਦਾ ਸੀ। ਸਰਦਾਰਾਂ ਨੇ ਦੇਖੋ ਸਾਡੀ ਮਿਹਰਬਾਨੀ ਜੇ ਸਾਡਾ ਉਪਰਾਲਾ ਕਰ ਦਿੱਤਾ। ਮੈਂ ਕਹਿੰਦਾ ਬੜੀ ਮਿਹਰਬਾਨੀ ਹੋ ਗਈ, ਸਾਡਾ ਵੀ ਧੰਨਵਾਦ ਹੋ ਗਿਆ ਵੀ ਸਾਡਾ ਚੀਜ਼ ਬਣਾ ਦਿੱਤੀ। ਹੋਮ ਫੋਰ ਹੋਮਲੈਸ ਵੱਲੋਂ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਸੀਗਾ ਤਕਰੀਬਨ 2 ਸਾਲ ਪਹਿਲਾਂ। ਦੀਵਾਲੀ ਦਿਨ ਅਸੀਂ ਪਹਿਲਾ ਘਰ ਇੱਕ ਗਰੀਬ ਪਰਿਵਾਰ ਨੂੰ ਬਣਾ ਕੇ ਦਿੱਤਾ ਸੀ, ਅਤੇ ਅੱਜ 31ਵੇਂ ਘਰ 'ਤੇ ਪਹੁੰਚ ਗਏ ਆ। ਅਤੇ ਦਾਨੀ ਸੱਜਣ ਬਾਹਰੋਂ ਅਤੇ ਇੱਥੋਂ ਦੇਸ਼ ਤੋਂ ਵਿਦੇਸ਼ਾਂ ਤੋਂ ਸਾਨੂੰ ਕਾਫੀ ਹੈਲਪ ਮਿਲੀ ਹੈ ਇਹਨਾਂ ਦੀ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਹ ਘਰ ਲਈ ਸ਼੍ਰੀ ਪੰਕਜ ਕੁਕਰੇਜਾ ਜੀ ਨੇ ਰਾਜਪੁਰੇ ਤੋਂ ਸਾਨੂੰ ਮਾਇਆ ਭੇਜੀ ਹੈ, ਉਹਨਾਂ ਦਾ ਅੱਜ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤਹਿ ਦਿਲੋਂ। ਸਾਡਾ ਇੱਥੇ 250 ਦੇ ਕਰੀਬ ਹਨ ਜਿਹੜੇ ਲੋੜਵੰਦ ਹਨ, ਝੁੱਗੀਆਂ ਵਿੱਚ ਰਹਿ ਰਹੇ ਹਨ। ਪਿਛਲੇ ਜਦ ਦੀ ਦੁਨੀਆ ਬਣੀ ਹੈ ਤਾਂ ਜਦ ਦਾ ਦੇਸ਼ ਆਜ਼ਾਦ ਹੋਇਆ ਉਹਨਾਂ ਨੂੰ ਘਰ ਨਹੀਂ ਨਸੀਬ ਹੋਇਆ, ਅਤੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਘੱਟੋ ਘੱਟ ਇੱਕ ਛੱਤ ਦਿੱਤੀ ਜਾਵੇ, ਪੱਕਾ ਘਰ ਬਣਾ ਕੇ ਦਿੱਤਾ ਜਾਵੇ। ਅਤੇ ਉਸੇ ਉਪਰਾਲੇ ਨਾਲ ਅਸੀਂ ਲਗਨ ਨਾਲ ਲੱਗੇ ਹੋਏ ਹਾਂ, ਅਤੇ ਮੈਂ ਸਾਰੇ ਮੈਂਬਰਾਂ ਦਾ ਅਤੇ ਜਿੰਨੇ ਵੀ ਸਾਨੂੰ ਸਪੋਰਟ ਕਰ ਰਹੇ ਦਾਨੀ ਸੱਜਣ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ।